ਵਗਦੇ ਪਾਣੀ ਦੇ ਪੱਧਰ ਨੇ ਮੰਡ ਖੇਤਰ ਦੇ ਲੋਕਾਂ ਨੂੰ ਇੱਕ ਵਾਰੀ ਫਿਰ ਪਾਇਆ ਫਿਕਰਾਂ ਵਿੱਚ। ਬੰਨਾ ਮਲਵਾਲਾ ਅਤੇ ਪੰਡਾਲਬੇੜ ਦੇ ਕਮਜ਼ੋਰ ਬੰਨ ਨੂੰ ਮਜ਼ਬੂਤ ਕਰਨ ਲਈ ਸੰਤ ਮਹਾਤਮਾ ਮੁਨੀ ਜੀ ਨੇ ਜ਼ਿੰਮੇਵਾਰੀ ਲੈ ਆਪਣੇ ਹੱਥਾਂ ਵਿੱਚ। ਪੌਂਗ ਡੈਮ ਵਿੱਚੋਂ ਛੱਡੇ ਗਏ ਵੱਡੀ ਮਾਤਰਾ ਵਿੱਚ ਪਾਣੀ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਇੱਕ ਵਾਰ ਫਿਰ ਵੱਧ ਗਿਆ ਹੈ, ਜਿਸ ਕਾਰਨ ਮੰਡ ਖੇਤਰ ਵਿੱਚ ਪੈਂਦੀਆਂ ਜ਼ਮੀਨਾਂ ਵਿੱਚ ਦਰਿਆ ਦਾ ਪਾਣੀ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਪਾਣੀ ਨਾਲ ਮੰਡ ਇਲਾਕੇ ਦੇ ਪਿੰਡਾਂ ਧਾਲੀਵਾਲ ਬੇਟ, ਪੰਡਾਲਬੇਟ, ਬੰਨੇਵਾਲ ਆਦਿ ਪਿੰਡਾਂ ਵਿੱਚ ਤੁਸੀਂ ਬੰਨ ਕਮਜ਼ੋਰ ਹੋਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਹੁਣ ਇਹਨਾਂ ਲੋਕਾਂ ਨੂੰ ਉਸ ਵਕਤ ਆਸ ਦੀ ਕਿਰਨ ਨਜ਼ਰ ਆਉਣ ਲੱਗੀ ਜਦੋਂ ਇਲਾਕੇ ਦੇ ਮਹਾਂਪੁਰਸ਼ ਸੰਤ ਬਾਬਾ ਮਹਾਤਮਾ ਮੁਨੀ ਜੀ ਖੇੜਾ ਬੇਟ ਵਾਲਿਆਂ ਨੇ ਇਹਨਾਂ ਤੁਸੀਂ ਬੰਨਾਂ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਨੇੜਲੇ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਤੁਸੀਂ ਬੰਨਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ। ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀਕੇ ਜੀ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਸਰ, ਕੀ ਤੁਹਾਡਾ ਨਾਮ ਤੇ ਕੀ ਕਿਹੜਾ ਪਿੰਡ ਹੈ ਤੁਹਾਡਾ? ਮੇਰਾ ਨਾਮ ਸਰਦਾਰ ਬਲਬੀਰ ਸਿੰਘ ਜੀ, ਸਾਬਕਾ ਸਰਪੰਚ ਪਿੰਡ ਪੰਡਾਲਬੇਟ। ਕਿਸੇ ਤੁਸੀਂ ਆ ਲੋਕੇਸ਼ਨ ਤੇ ਖੜੇ ਹੋ? ਇਹ ਪਿੰਡ ਬੰਨਾਮਲ ਦਾ ਰੰਪ ਤੇ ਖੜੇ ਆ ਜੀ। ਬਿਆਸ ਦਰਿਆ ਚ ਪਾਣੀ ਨੂੰ ਲੈ ਕੇ ਕੀ ਸਥਿਤੀ ਆ ਜੀ? ਬਿਆਸ ਦਰਿਆ ਦੀ ਸਥਿਤੀ ਇੰਨੀ ਮਾੜੀ ਹੈ ਕਿ ਪਤਾ ਨਹੀਂ ਕਦੋਂ ਬੰਨ ਟੁੱਟ ਸਕਦਾ। ਜਦੋਂ ਕਿ ਪ੍ਰਸ਼ਾਸਨ ਗੂੜੀ ਨਹੀਂ ਸੁੱਤਾ ਪਿਆ, ਪ੍ਰਸ਼ਾਸਨ ਦਾ ਕੋਈ ਵੀ ਬੰਦਾ ਇੱਥੇ ਸਹਿਯੋਗ ਦੇਣ ਨੂੰ ਤਿਆਰ ਨਹੀਂ। ਮਤਲਬ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਅਧਿਕਾਰੀ ਤੁਹਾਡੇ ਕੋਲ ਨਹੀਂ ਆਇਆ? ਅਧਿਕਾਰੀ ਆਏ, ਆ ਕੇ ਚਲੇ ਗਏ ਜੀ। ਕੀ ਵਿਸ਼ਵਾਸ ਦਵਾਇਆ ਤੁਹਾਨੂੰ ਉਹਨਾਂ ਨੇ? ਬਸ ਇੱਕ JCB ਸਾਨੂੰ ਦੇ ਗਿਆ ਜੀ, ਇੱਕ ਟਰੈਕਟਰ ਦੇ ਗਿਆ। ਪਰ ਕੀ ਲੱਗਦਾ ਤੁਹਾਨੂੰ ਇਹ ਕਿੰਨਾ ਕੁ ਇਹਨੂੰ ਤੁਸੀਂ ਬੰਨ ਨੂੰ ਖਤਰਾ ਹੈ? 101% ਜੀ, 100 ਤੋਂ ਉੱਪਰ ਹੈ ਜੀ। ਕੀ ਮੰਗ ਕਰਦੇ ਆ ਸਰਕਾਰ ਤੋਂ? ਸਰਕਾਰ ਤੋਂ ਮੰਗ ਤਾਂ ਪਾਣੀ ਘਟਾਇਆ ਜਾ ਸਕਦਾ ਤੇ ਘਟਾ ਦੇਣ, ਨਹੀਂ ਤਾਂ ਬੰਨ ਤਾਂ ਕਿਤੇ ਨਾ ਕਿਤੇ ਟੁੱਟ ਹੀ ਜਾਊਗਾ ਜੀ। ਬੰਨ ਤਾਂ ਟੁੱਟਾ ਹੋਇਆ ਸੀ ਜੀ, ਇਹਦਾ ਪ੍ਰਮਾਤਮਾ ਦੀ ਕਿਰਪਾ ਨਾਲ ਬਾਬਾ ਜੀ ਮਹਾਤਮਾ ਮੁਨੀ ਖੇੜਾ ਬੇਟ ਤੋਂ ਸਾਡੇ ਸਾਨੂੰ ਸਹਿਯੋਗ ਦੇ ਕੇ, ਮਤਲਬ ਸਾਡੇ ਬੰਨ ਨੂੰ ਜਿਹੜਾ ਵਾ ਡੱਕਾ ਲਾ ਰਹੇ ਆ, ਬੋਰੇ ਭਰਾ ਕੇ ਲਵਾ ਰਹੇ ਆ, ਮਿੱਟੀ ਪਵਾ ਰਹੇ ਆ। ਇਸ ਜਗ੍ਹਾ ਤੇ ਆਏ ਆ, ਕੀ ਦੇਖਿਆ ਤੁਸੀਂ ਇਹਨੂੰ ਪਾਣੀ ਨੂੰ ਲੈ ਕੇ? ਕਿੱਦਾਂ ਦੀ ਸਥਿਤੀ ਤੁਸੀਂ ਤੁਹਾਡੇ ਧਿਆਨ ਚ ਆਈ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਬਿਆਸ ਦੇ ਨਾਲ ਲੱਗਦੇ ਸਾਰੇ ਪਿੰਡ ਜਾਣਦੇ ਨੇ ਕਿ ਜਿਹੜਾ ਪਿਛਲੀ ਵਾਰ ਦਰਿਆ ਚੜਿਆ ਸੀ ਉਹ ਤੋਂ ਦੁੱਗਣਾ ਦਰਿਆ ਹੁਣ ਚੜ ਰਿਹਾ, ਤੇ ਆਇਆਂ ਨੂੰ ਵੀ ਅਜੇ ਸਾਨੂੰ ਘੰਟਾ ਕੀ ਹੋਇਆ ਇੱਥੇ ਸੇਵਾ ਕਰਦਿਆਂ ਨੂੰ, ਉਹਦੇ ਵਿੱਚ ਹੀ ਤਕਰੀਬਨ ਮਤਲਬ ਇੰਚੀਆਂ ਦੇ ਹਿਸਾਬ ਨਾਲ ਪਾਣੀ ਚੜੀ ਜਾਂਦਾ ਜੀ। ਤੇ ਪ੍ਰਸ਼ਾਸਨ ਵਾਲੇ ਵੀ ਅਧਿਕਾਰੀ ਆਏ ਸੀ ਪਰ ਕੇਵਲ ਅਲਟੀਮੇਟ ਦੇ ਕੇ ਗਏ ਨੇ ਵੀ 3 ਤੋਂ 4 ਵਜੇ ਤੱਕ ਪਾਣੀ ਚੜ੍ਹਨਾ ਹੋਰ, 1 ਲੱਖ ਕਿਊਸਕ ਪਾਣੀ ਹੋਰ ਛੱਡਿਆ ਹੋਇਆ, 1.5 ਲੱਖ ਚੱਲ ਰਿਹਾ, 1 ਲੱਖ ਹੋਰ ਛੱਡਿਆ ਹੋਇਆ ਕਹਿੰਦੇ ਜੀ ਵੀ ਜਿਹੜਾ 3 ਤੋਂ 4 ਵਜੇ ਤੱਕ ਆਊਗਾ। ਸੋ ਨਾਲ ਲੱਗਦੇ ਪਿੰਡਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਹ ਮਾਰ ਆਪਾਂ ਨੂੰ ਹੀ ਪੈਣੀ ਆ, ਇਹ ਤੋਂ ਪਹਿਲਾਂ ਕਿ ਮੁੜ ਕੇ ਵਾਹਿਗੁਰੂ ਦੇ ਅੱਗੇ ਅਰਦਾਸਾਂ ਕਰਨ ਨਾਲੋਂ ਜੇ ਆਪਣੇ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀਏ। ਬਾਣੀ ਕਹਿੰਦੀ ਆ ਸਾਰੇ ਜਾਣੇ ਆਪਾਂ ਬੰਨ ਤੇ ਆਈਏ, ਜਿੱਥੋਂ ਜਿਹਨੂੰ ਜਿਹਨੂੰ ਲੱਗਦਾ ਵੀ ਇੱਥੇ ਕੁਝ ਕਰਨ ਦੀ ਲੋੜ ਆ। ਜਿੱਦਾਂ ਹੁਣ ਇੱਥੇ ਰੈਂਪ ਸੀਗਾ, ਰੈਂਪ ਕਰਕੇ ਕਿਰਾਏ ਮਾਰ ਮਾਰ ਕੇ ਲੋਕਾਂ ਨੇ ਥਾਂ ਨੀਵਾਂ ਕੀਤਾ ਹੋਇਆ ਸੀ ਬਹੁਤ, ਜਿੱਥੋਂ ਬੰਨ ਨੂੰ ਖਤਰਾ ਮਹਿਸੂਸ ਹੁੰਦਾ ਸੀ। ਜਿੱਥੋਂ ਜਿੱਥੋਂ ਸਾਨੂੰ ਲੱਗਦਾ ਵੀ ਬੰਨ ਨੂੰ ਖਤਰਾ, ਮਿੱਟੀ ਹੈਗੀ ਆ, ਟਰਾਲੀਆਂ ਹੈਗੀਆਂ, ਸੇਵਾਦਾਰ ਹੈਗੇ ਆ, ਆਪਾਂ ਸਾਰੇ ਨਗਰਾਂ ਵਾਲੇ ਲੱਗ ਕੇ ਉੱਥੋਂ ਉੱਥੋਂ ਬੰਨ ਨੂੰ ਮਜ਼ਬੂਤ ਕਰੀਏ, ਮਿੱਟੀ ਪਾਈਏ। ਗਾਂ ਹੀ ਗੋਇੰਦਵਾਲ ਪੁੱਲ ਦੇ ਕੋਲ ਅੰਮ੍ਰਿਤਪੁਰ ਜਿਹੜਾ ਨਗਰ ਆ ਉੱਥੇ ਲਗਭਗ ਅੱਜ 20 ਦਿਨ ਹੋ ਗਏ ਆ, ਪਿੰਡ ਦੀਆਂ ਸੰਗਤਾਂ ਲੱਗੀਆਂ ਹੋਈਆਂ ਵਾ, ਸੇਵਾਦਾਰ ਲੱਗੇ ਹੋਏ ਆ ਸਾਰੇ, ਅਤੇ ਉਹ ਜਿਹੜਾ ਬੰਨ ਸੀ ਬਹੁਤ ਜ਼ਿਆਦਾ ਨੀਵਾਂ ਸੀ ਅਤੇ ਅੱਜ 20 ਦਿਨ ਹੋ ਗਏ ਆ ਲਗਾਤਾਰ ਹੀ ਮਿੱਟੀ ਪਾ ਪਾ ਕੇ, ਅਤੇ ਵਾਹਿਗੁਰੂ ਦੀ ਮਿਹਰ ਆ ਤਕਰੀਬਨ ਹਾਲ ਦੀ ਘੜੀ 'ਤੇ ਬਚਾਅ ਆ ਅੱਗੇ ਜੋ ਪਰਮਾਤਮਾ ਨੂੰ ਭਾਵੇ। ਸੋ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਆਪੋ ਮਤਲਬ ਕੇਵਲ ਆ ਕੇ ਅਤੇ ਫੋਟੋਆਂ ਖਿੱਚ ਕੇ ਜਾਂ ਵੀਡੀਓ ਪਾ ਕੇ ਨਾ ਚੱਲ ਜਾਈਏ ਬੰਨ 'ਤੇ, ਆਪਣੀ ਜ਼ਿੰਮੇਵਾਰੀ ਸਮਝੀਏ। ਜੇ ਕੋਈ ਨੁਕਸਾਨ ਹੋਇਆ ਤਾਂ ਸਾਡੇ ਘਰਾਂ ਦਾ ਹੀ ਹੋਣਾ, ਸਾਡੇ ਪਿੰਡਾਂ ਦਾ ਹੀ ਹੋਣਾ ਅਤੇ ਸਾਡਾ ਹੀ ਹੋਣਾ। ਸੋ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਘਰਾਂ 'ਚੋਂ ਨਿਕਲ ਕੇ ਬੰਨ 'ਤੇ ਆਈਏ, ਜਿੱਥੋਂ ਕਿਤੇ ਆਪਾਂ ਨੂੰ ਸੇਵਾ ਦੀ ਜ਼ਰੂਰਤ ਮਹਿਸੂਸ ਹੁੰਦੀ ਉੱਥੇ ਉੱਥੇ ਸੇਵਾ ਕਰੀਏ। ਸੰਗਤ ਲੱਗੀ ਹੋਈ ਆ, ਬਾਕੀ ਜੋ ਭਾਵੇ ਕਰਤਾਰ ਜੋ ਵਾਹਿਗੁਰੂ ਨੂੰ ਮਨਜ਼ੂਰ, ਹਾਲ ਦੀ ਘੜੀ ਅਤੇ ਪਾਣੀ ਚੜ੍ਹਦਾ ਜਾਂਦਾ ਵਾ, ਅਤੇ ਬਸ ਬੰਨ ਓਵਰਫਲੋ ਨਾ ਹੋਵੇ, ਬਾਕੀ ਤਾਂ ਵਾਹਿਗੁਰੂ ਦੀ ਕਿਰਪਾ ਵਾ, ਸੰਗਤ ਤਕਰੀਬਨ ਪ੍ਰਬੰਧ ਕਰੀ ਜਾਂਦੀ ਆ, ਬਾਕੀ ਜੋ ਪਰਮਾਤਮਾ ਦੀ ਰਜ਼ਾ ਜਿੱਥੇ ਉਹ ਰੱਖੇ ਉੱਥੇ ਰਹਿਣਾ ਪੈਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਪ੍ਰਧਾਨ ਜੀ, ਬਤੌਰ ਕਿਸਾਨ ਆਗੂ ਤੁਸੀਂ ਇਸ ਜਗ੍ਹਾ ਤੇ ਪਹੁੰਚੇ ਆ, ਕਿਵੇਂ ਦੀ ਸਥਿਤੀ ਹੈ ਤੇਰੀ?
स्थिति जिहड़ी आ इह प्रशासन दी जिहड़ी अणगहली दे नाल आ बणी आ। पिछले 22 दिन लगातार मंड दे विच पाणी वगिआ। कपूरथला डिप्टी साहब जिहड़े आ अपने दफ्तर विच बैठे ही उत्थों बोली जांदे आ कि बन जिहड़ा बहुत मजबूत आ, कोई डर वाली गल नहीं हैगी। 14 तरीक तो पानी जिहड़ा मंड दे विच दुबारा फिर चढ़ रहा वा। प्रशासन ने उहदे बारे कोई लोकां नाल कोई राबता नहीं किया, ना बन का कोई सर्वे किया। जो पानी जिहड़ा वा उहदी स्थिति जिहड़ी आ फिर इस तरह की बन गई कि बन कितों भी टुट सकता। तो अज कुछ बंदे एक दो बंदे जिहड़े प्रशासन दे आए आ, इत्थे इन्होंने आण के जीसीपी दित्ती आ, जिहदे विच लागले पिंडां ने बहुत सहयोग किया वा। अपने भंडार बेट तो साबका सरपंच रणजीत सिंह जी, इन्होंने काफ़ी उद्यम किया। संगोजले तो भी, जतके तो, फतेहपुर तो साढ़े नंबरदार साहब तो बाबा जी भी आए आ, तो उन्होंने सहयोग के नाल डिप्टी कमिश्नर कपूरथला वालों ये धुस्सी बन का दौरा किया गया। जेकर तुहानूं लगता सी इत्थों कमजोर आ तो तुसीं उन्हां नूं सवार क्यों नहीं किया? डिप्टी साहब बन ते आए नहीं गए, दफ्तर के बैठ के दौरा करिए। बन ते 22 दिन पानी लगा वा, कोई भी ना कोई ड्रेन विभाग ना डिप्टी साहब बन का कोई किसी ने देखा जी हूँ। तुहाडे कोल कोई जिला अधिकारी पहुंचे? कोई जिला अधिकारी नहीं अज तक पहुंचा, सिर्फ माइनिंग विभाग के जिहड़े आ मुलाजम वो आए आ, उन्होंने एक जीसीपी दित्ती है, एक खाली दित्ती है। जिहड़े हुण हालात बने आ दरिया ब्यास दे, इस तों पहलों भी इहो जिहे हालात बने सीगे कदे? 88 दे विच बणे आ पहला, 88 तों बाद हुण इह हालात जिहड़े आ ओह बणे। जेकर पाणी लगातार इस तरह वगदा रहा तां इहो जिहे स्थिति 88 वाली बण सकदी आ? ਜਿਸ ਜੋ ਪੋਜੀਸ਼ਨ ਦੱਸੀ ਆ ਉਹ 88 ਤੋਂ ਵੀ ਮੇਰਾ ਖਿਆਲ ਖਤਰਨਾਕ ਬਣ ਸਕਦਾ। ਜਿਸ ਤਰ੍ਹਾਂ ਉਹ ਕਹਿ ਰਹੇ ਆ ਕਿ 1.5 ਲੱਖ ਕਿਊਸਿਕ ਪਾਣੀ ਕੱਲ੍ਹ ਛੱਡਿਆ ਗਿਆ, 1 ਲੱਖ ਹੋਰ ਆ ਰਿਹਾ। ਜੇ 1 ਲੱਖ ਹੋਰ ਆ ਰਿਹਾ ਤਾਂ ਮੇਰਾ ਖਿਆਲ ਆ ਕਿ ਇਹ ਜਿਹੜਾ ਦਰਿਆ ਹੈ ਇਹਦੀ ਸਮਰੱਥਾ ਨਹੀਂ ਕਿ ਝੱਲਣ ਦੀ, ਬੰਨ ਕਿਤੇ ਵੀ ਟੁੱਟ ਸਕਦਾ। ਹੁਣ ਸਰਕਾਰੀ ਖਬਰਾਂ ਆ ਰਹੀਆਂ ਕਿ 1 ਲੱਖ ਨਾ ਕਿੰਨਾ 1.5 ਲੱਖ ਛੱਡਿਆ, 1 ਲੱਖ ਹੋਰ ਆ ਰਿਹਾ। 1,73,000 1,73,000 ਕਿਊਸਕ ਪਾਣੀ ਆ। ਜੇਕਰ ਪ੍ਰਸ਼ਾਸਨ ਜਾਂ ਜਿਹੜਾ ਮੈਨੇਜਮੈਂਟ ਆ ਹੋਰ ਇਹ 'ਚ ਪਾਣੀ ਛੱਡਦਾ ਤਾਂ ਬਿਲਕੁਲ ਇਹ ਜਿਹੜੇ ਪਿੰਡ ਆ ਉਹ ਖਤਰੇ 'ਚ ਆਉਣਗੇ। ਪਿੰਡ ਉਹ ਖਤਰੇ 'ਚ ਆ, ਫਿਰ ਇਹ ਇਸ ਬੰਦ ਦੀ ਸਮਰੱਥਾ ਨਹੀਂ ਹੈ ਪਾਣੀ ਚੱਲ। ਜਿਹੜੇ 1988 ਵਾਲੇ ਹਾਲਾਤ ਸੀ ਜੀ, ਉਹਦੇ ਮਾਰੇ ਹੋਏ ਲੋਕ ਹੁਣ 5-7 ਸਾਲ ਤੋਂ ਸਹੀ ਹੋਏ ਆ, ਆਪਣੀਆਂ ਜਾਇਦਾਦਾਂ ਨੂੰ ਪੱਧਰਾ ਕਰਕੇ ਉਜਾਊ ਕੀਤੀਆਂ। ਸਾਨੂੰ ਲੱਗਦਾ ਵੀ ਉੱਤੋਂ ਵੀ ਮਾੜਾ ਹਾਲ ਕਰਨਗੇ, ਵੀ ਜਿਹੜਾ ਇੰਨਾ ਪਾਣੀ 25 ਦਿਨ ਅੱਗੇ ਵਗਿਆ ਉਹਨੂੰ ਹੋਰ ਵਗਾ ਦਿੰਦੇ ਤਾਂ ਆਹ ਪ੍ਰੋਬਲਮ ਜਿਹੜੀ ਆ ਲੋਕਾਂ ਨੂੰ ਨਾ ਆਉਂਦੀ। ਹੁਣ ਤਾਂ ਜਿਹੜੇ ਜ਼ਮੀਨਾਂ 'ਚ ਇੱਧਰੋਂ ਫਸਲਾਂ ਸੀ ਉਹ ਤਾਂ ਬਰਬਾਦ ਸਾਰੀਆਂ ਹੋ ਗਈਆਂ। ਜਿਹੜਾ ਹੁਣ ਇਦੋਂ ਅਗਲਾ ਸਿਸਟਮ ਆ ਉਹ ਤਾਂ ਪਿੰਡਾਂ ਦਾ ਖਤਰਾ ਪੈ ਗਿਆ ਜੀ, ਪਾਣੀ ਵੱਧ ਤੋਂ ਵੱਧ ਚੜ੍ਹ ਰਿਹਾ ਵਾਰ ਵਾਰ, ਇਹਦਾ ਪਤਾ ਨਹੀਂ ਇਹਨੇ ਕੀ ਕਰਨਾ। ਲੱਗਦਾ ਵੀ ਕਹਿੰਦੇ 1 ਲੱਖ ਕਿਊਸਕ ਹੋਰ ਰਾਤ ਨੂੰ ਪਾਣੀ ਆਉਣਾ, ਇਹ ਸਭ ਬੰਦ ਤੋਂ ਬੇਕਾਬੂ ਹੋਊਗਾ ਜੀ। ਇਹ ਪ੍ਰਸ਼ਾਸਨ ਨੂੰ ਜਾਂ ਜਿੰਨੀ ਵੀ ਉੱਥੇ ਡੈਮ 'ਤੇ ਬੈਠੇ ਆ ਉਹਨਾਂ ਨੂੰ ਪਹਿਲਾਂ ਵੀ ਸਥਿਤੀ ਦੇਖਣੀ ਚਾਹੀਦੀ ਆ, ਜਾਂ ਮੋਦੀ ਸਾਹਿਬ ਉੱਥੋਂ ਹੀ ਖਬਰਾਂ ਲਈ ਜਾਂਦੇ ਨੇ, ਉਹਦੇ ਦੇਖਣ ਆਣ ਕੇ ਲੋਕਾਂ ਦਾ ਹਾਲ ਕੀ ਆ। ਆਹ ਏਰੀਆ ਪੰਜਾਬ ਦਾ ਬੱਚਾ ਸੀ, ਇਹਦਾ ਵੀ ਬੁਰਾ ਹਾਲ ਕਰਤਾ ਜੀ। ਮੌਜੂਦ ਸਾਰੇ ਪਾਣੀ ਪਾਣੀ ਹੋ ਗਿਆ ਜੀ। 25 ਦਿਨ ਅਸੀਂ ਇਤਿਹਾਸ 'ਚ ਪਾਣੀ ਕਦੀ ਨਹੀਂ ਦੇਖਿਆ ਇੰਨਾ, 25 ਦਿਨ ਪਾਣੀ ਦਰਿਆ 'ਚ ਵਗਿਆ ਜੀ, ਅਤੇ ਹੁਣ ਪਾਣੀ ਫਿਰ ਦੁਬਾਰੇ ਹਾਲੇ ਲੱਥਾ ਨਹੀਂ, ਉਦੋਂ ਦਾ ਚੱਲਦਾ ਰਹਿਣ ਦਾ ਆਹ ਹਾਲਤ ਫਿਰ ਨਾ ਬਣਦੀ। ਮੌਜੂਦਾ ਸਮੇਂ ਤੁਸੀਂ ਬੰਦ ਦੀ ਸਥਿਤੀ ਕਿੱਦਾਂ ਦੀ ਹੈ? ਤੁਸੀਂ ਬੰਦ ਕੋਈ ਇੱਥੇ ਮੁਲਾਜ਼ਮ ਇਹਦੀ ਟੇਕ ਕੇਅਰ ਨਹੀਂ ਕਰਦਾ ਜੀ, ਇਹ ਪਬਲਿਕ ਹੀ ਲੋਕ ਸੰਗਤ ਬਾਬਾ ਮੁਨੀ ਮਹਾਤਮਾ ਜੀ ਆਏ ਆ, ਸੰਗਤ ਦੇ ਸਹਿਯੋਗ ਨਾਲ ਸਾਰੇ ਨਗਰਾਂ ਦੇ ਜਿਹੜੇ ਜਿੰਨੇ ਵੀ ਕਿਸਾਨ ਆ ਉਹ ਆਪਣੇ ਆਪਣੇ ਟਰੈਕਟਰਾਂ ਨਾਲ ਸਾਰੀ ਮਦਦ ਕਰਨ ਡਿਆ ਜੀ। 1 ਟਰਾਲੀ ਅਤੇ 1 ਮਸ਼ੀਨ ਮੈਂ ਸੁਣਿਆ ਭੇਜੀ ਆ ਜੀ, ਬਾਕੀ ਠੀਕ ਠਾਕ। ਜੇਕਰ ਤੁਸੀਂ ਬੰਦ ਦੀ ਸਥਿਤੀ ਮਾੜੀ ਅਤੇ ਬੀਤੇ ਦਿਨ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਇੱਥੇ ਤੁਸੀਂ ਬੰਦ ਦਾ ਦੌਰਾ ਕੀਤਾ, ਫਿਰ ਤੁਸੀਂ ਉਹਨਾਂ ਨੂੰ ਸਵਾਰ ਕਿਉਂ ਨਹੀਂ ਉਹਨਾਂ ਕੋਲ? ਭਾਅ ਜੀ ਦੌਰਾ ਪਤਾ ਨਹੀਂ, ਜੇ ਕਿਸੇ ਨੂੰ ਪ੍ਰਸ਼ਾਸਨ ਦਾ ਆਉਣ ਦਾ ਪਤਾ ਹੋਵੇ ਜਾਂ। ਹਾਂਜੀ ਸਰ, ਕੀ ਨਾਮ ਤੁਹਾਡਾ ਅਤੇ ਔਰ ਕਿਹੜੇ ਅਹੁਦੇ 'ਤੇ ਕੰਮ ਕਰ? ਹਾਂਜੀ ਹਾਂਜੀ, ਮੈਂ ਸੁਪਰਵਾਈਜ਼ਰ ਹੈਗਾ ਗਣੇਸ਼ ਕੁਮਾਰ ਅਤੇ ਡਰੇਨਿੰਗ ਡਿਪਾਰਟਮੈਂਟ ਵੱਲੋਂ। ਇਸ ਟਾਈਮ ਤੁਸੀਂ ਕਿਹੜੀ ਲੋਕੇਸ਼ਨ 'ਤੇ ਖੜ੍ਹੇ? ਅੱਛਾ, ਇਸ ਟਾਈਮ ਅਸੀਂ 2RD ਦੇ ਖੜ੍ਹੇ ਹੈਗੇ, ਇਹ ਜਿੱਥੇ ਜਿੱਥੇ ਆਪਾਂ ਆਪਣੇ ਨੀਵੇਂ ਰੈਂਪ ਹੈਗੇ ਉੱਥੇ ਉੱਥੇ ਆਪਾਂ ਮਿੱਟੀ ਪਵਾ ਰਹੇ ਹਾਂ, ਨਾਲੇ ਇਹ ਬੋਰੇ ਭਰਾਉਂਦੇ ਪਏ ਆ। ਦਰਿਆ ਬਿਆਸ 'ਚ ਪਾਣੀ ਦੀ ਕਿਹੋ ਜਿਹੀ ਸਥਿਤੀ ਆ ਹੁਣ ਇਸ ਟਾਈਮ? ਇਸ ਟਾਈਮ ਸਾਡੇ ਬਿਆਸ ਦਰਿਆ ਦੀ 2,73,000 ਪਾਣੀ ਆ ਰਿਹਾ ਮੌਜੂਦਾ ਸਮੇਂ। ਹੁਣ 2,73,000 ਕਿਊਸਕ ਪਾਣੀ ਚੱਲ ਰਿਹਾ? ਹਾਂਜੀ ਚੱਲ ਰਿਹਾ, ਨਹੀਂ 183
ਜੋ ਪੌਣੇ ਜੋ ਇਹ ਹਲੇ ਲੱਖ ਜਿਹੜਾ ਕਿਸ਼ਕ ਪਾਣੀ ਉਹ ਹਲੇ ਆਉਂਦਾ ਪਿਆ ਅਤੇ ਪੌਣੇ ਦੋ ਜਿਹੜਾ ਉਹ ਹੁਣ ਬਿਆਸ ਦਰਿਆ ਦੇ ਵਿੱਚ ਆ ਰਿਹਾ ਚੱਲਦਾ ਪਿਆ ਇਸ ਵੇਲੇ ਕੋਈ ਹੋਰ ਇਸ ਤੋਂ ਇਲਾਵਾ ਪਾਣੀ ਵਧਾਉਣ ਦੀ ਸੰਭਾਵਨਾ ਨਹੀਂ ਨਹੀਂ ਇਸ ਤੋਂ ਇਲਾਵਾ ਪਾਣੀ ਵਧਾਉਣ ਦੀ ਕੋਈ ਸੰਭਾਵਨਾ ਨਹੀਂ ਹੈ ਜਿੰਨਾ ਕੁ ਛੱਡਣਾ ਸੀ ਉਹਦੀ ਵੀ ਸਾਨੂੰ ਸਿਸ਼ਚਿਤ ਹੋ ਗਈ ਹੈ ਜਿੰਨਾ ਕੁ ਆ ਰਿਹਾ ਉਹਦਾ ਵੀ ਸਾਨੂੰ ਪਤਾ ਹੈਗਾ ਮੌਕੇ 'ਤੇ ਹਾਂਜੀ